ओए बाहर निकल बाबा चल मंगण वाला भाई बाहर कड्डो चल माफ कर ओ भाई मैं मंगण वाला नहीं हूं मियां कौन है देने वाला क्या हाल है ठीक ठाक कौन है तू ओए अब मैंने पहचानी नहीं पहचाने तेनू मैंने तू सा पहचान ही नहीं सकते ओ क्या मैं ਮੰਗੇੜ ਵੇਲੇ ਆਣਾ ਤੂੰ ਸੁੱਤੇ ਪਏ ਹੁੰਦੇ ਹੋ ਔਰ ਤੇਰਾ ਨਾਂ ਕੀ ਨਾਂ ਮੇਰਾ ਸਾਜਦ ਵਲਦ ਵਲਦ ਅੱਲਾ ਦਿੱਤਾ ਹਾਂ ਉਹ ਹਾਂ ਮੈਂ ਹਾਏ ਬਾਬਾ ਤਮੀਜ਼ ਨਾਲ ਗੱਲ ਕਰ ਅਸੀਂ ਤੈਨੂੰ ਨਹੀਂ ਪਛਾਣਿਆ ਕੌਣ ਹੈ ਤੂੰ ਭਾਈ ਮੈਂ ਤੁਹਾਡੇ ਪਿਓ ਦਾ ਯਾਰ ਆ ਅੱਛਾ ਅੱਛਾ ਤੁਹਾਡੀ ਮਾਂ ਵੀ ਉਹ ਆਦੀ ਆਈ ਭਾਈ ਮੈਂ ਤੁਹਾਡੇ ਪਿਓ ਦਾ ਯਾਰ ਆ ਠੀਕ ਹੈ ਚਾਚਾ ਖੈਰ ਪੁੱਤਰ ਚਾਚਾ ਵੱਡੇ ਹੋ ਗਏ ਹੁਣ ਤੇ ਅਸੀਂ ਅੱਬੇ ਦੀ ਤਬੀਅਤ ਤਾਂ ਸੁਣਾਓ ਅੱਬਾ ਠੀਕ ਹੈ ਅੱਬਾ ਠੀਕ ਹੈ ਹਾਂ ਚਲੋ ਸ਼ੁਕਰ ਵਡੇਰੀ ਦਾ ਖੂਨ ਰੁਕਾ ਵੇ ਹਾਂ ਹਾਂ ਉਹ 60 ਵਜੀ ਸੀ ਹਾਂ ਹਾਂ ਹੁਣ ਅਸੀਂ ਪੱਟੀ ਕਰਾਈ ਹੈ ਖੂਨ ਰੁਕ ਗਿਆ ਆ ਦਿਨ ਬਿਮਾਰ ਆਈ ਬਿਮਾਰ ਸੀ ਚਲੋ ਚਲੋ ਮਾਸ਼ਾਅੱਲਾ ਪੁੱਤਰ ਤੂੰ ਸਾਰੇ ਬਾਬਾ ਤੈਨੂੰ ਅਸੀਂ ਪਛਾਣਿਆ ਨਹੀਂ ਔਰ ਮੇਰਾ ਬੱਚਾ ਤੂੰ ਸੌ ਸਲੇ ਮਾਂ ਦੇ ਡੇਢੇ ਚਾਈ ਡੇਢੇ ਵੇਲੇ ਮੇਰਾ ਆਹ ਵੰਜ ਆਈ ਮਤਲਬ ਇਹ ਤੇਰੀ ਬਗੈਰਤੀ ਹੂੰ ਵਾਲੇ ਦੀ ਸ਼ੁਰੂ ਫਿਰ ਅਸੀਂ ਖੁਸ਼ ਨਸੀਬ ਹਾਂ ਕਿਉਂ ਆਪਣੀ ਜ਼ਿੰਦਗੀ 'ਚ ਮਾਂ ਦਾ ਯਾਰ ਵੇਖ ਰਹੇ ਹਾਂ ਨਾ 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 ਮੈਂ ਇਹ ਤਾਂ ਗੱਲ ਨਹੀਂ ਕੀਤੀ ਮੇਰਾ ਬੱਚਾ ਮੇਰਾ ਮਕਸਦ ਇਹ ਕਿ ਤੂੰ ਬਚਪਨ ਵਿੱਚ ਮੇਰੇ ਨਾਲ ਖੇਡਿਓ ਤੂੰ ਸਾ ਹਾਂ ਮੈਂ ਖੇਡਿਆ ਤੇਰੇ ਕੋਲ ਚਾਚਾ ਮੇਰੀ ਝੋਲੀਏ ਤੂੰ ਬਾਂਧਾ ਵੇਂ ਤੇ ਲਾਂਦਾ ਹੀ ਨਾ ਵੇਂ ਇਸੇ ਲੱਤ ਬਹਿਦਾ ਮੀ ਅੱਛਾ ਤੇ ਮੈਂ ਤੈਨੂੰ ਇੰਜਨ ਕਰੇਦਾ ਮੀ ਇੰਜਨ ਤੇ ਮੈਂ ਕੀ ਕਰਦਾ ਸਾ ਚਾਚਾ ਤੂੰ ਅੱਗੂ ਇੰਜਨ ਥੀਦਾ ਮੀ ਹੀ ਲੱਤ ਬਲਾਕ ਖਿਦੇ ਨਾ ਹਾਂ ਹੂੰ ਵੇਲੇ ਦੀ ਤੇਰੀ ਲੱਤ ਖਰਾਬ ਹੈ ਭਈ ਹੈ ਅੱਛਾ ਬੱਚਾ ਗੱਲ ਇਵੇਂ ਜੀ ਚਾਚਾ ਮੈਂ ਆਇਆ ਵਸਤੀ ਤੋਂ ਠੀਕ ਹੈ ਤੇਰੇ ਪਿਓ ਦਾ ਯਾਰ ਆ ਅੱਛਾ ਅੱਛਾ ਤੇ ਵਸਤੀ 'ਚ ਹੁੰਦੀ ਪਈ ਨੇ ਬਾਬਿਆ ਚੋਰੀ ਚਕਾਰੀ ਹਾਂਜੀ ਮਾਲ ਡੰਗਰ ਦਾ ਕਾਰੋਬਾਰ ਹੈ ਆਪਣਾ ਵਾਹ ਜੀ ਵਾਹ ਚਾਚਾ ਰਾਤ ਹੀ ਕੋਈ ਕੱਟਾ ਖੋਲ ਕੇ ਲੈ ਗਿਆ ਮੇਰਾ ਪੁੱਤਰ ਤੇ ਬੜੇ ਪਰੇਸ਼ਾਨੀ ਹੁੰਦੀ ਹੈ ਤੇ ਮੈਂ ਸ਼ਹਿਰ ਇਸ ਵਾਸਤੇ ਆਇਆ ਬੱਚਾ ਮੈਨੂੰ ਰਖਵਾਲੀ ਵਾਸਤੇ ਚਾਹੀਦੇ ਨੇ ਦੋ ਕੁੱਤੇ ਬੱਚਾ ਚਾਚਾ ਜੀ ਜੀ ਚਾਚਾ ਕਿਹੜੀ ਨਸਲ ਦੇ ਕੁੱਤੇ ਚਾਹੀਦੇ ਨੇ ਜਨਾਬ ਨੂੰ ਆ ਬਸ ਇਹ ਨਸਲ ਠੀਕ ਹੈ ਕੁੱਤੇ ਫਿਰ ਕਿੱਥੋਂ ਲੈ ਦੇ ਸੀ ਕੁੱਤੇ ਤੈਨੂੰ ਲੈ ਦੇ ਸੋ ਕੁੱਤੇ ਮੇਰੇ ਨਾਲ ਸਭ ਤੈਨੂੰ ਕੁੱਤੇ ਮੇਰੇ ਨਾਲ ਸਭ ਕੁੱਤੇ ਕਿੱਥੋਂ ਮਿਲ ਸਨ ਕੁੱਤੀ ਦੇ ਬੱਚੇ ਲੈ ਦਿਓ ਕੁੱਤੀ ਦੇ ਬੱਚੇ ਤੈਨੂੰ ਲੈ ਦੇਸੂ ਆ ਕੁੱਤਾ ਕੁੱਤੇ ਲੈ ਦੇਸੂ ਆ ਕੁੱਤੇ ਅੱਛਾ ਅੱਛਾ ਕੁੱਤੀ ਦੇ ਬੱਚੇ ਲੈ ਦਿਓ ਮੈਂ ਆ ਸੁਣ ਲਿਆ ਸੀ ਸੁਣ ਲਿਆ ਲੈ ਦੇਾਂਗੇ ਹਾਂ ਤੂੰ ਮੁਲਤਾਨ ਕਿਲੇ ਦੇ ਕੋਲ ਲੱਗਦੀ ਹੈ ਗੋਤੜੀ ਹਾਂ ਤੇ ਕੋਈ ਲੈ ਰਿਆ ਸੋ ਕੁੱਤੇ ਓਏ ਸਾਜਦ ਯਾਰ ਕਿਹੜੇ ਕਿਹੜੇ ਕਰਦੇ ਚਾਹੀਦੇ ਨੇ ਸਾਜਦ ਮੈਂ ਫੋਨ ਕਰ ਦਿੱਤਾ ਹੈ ਅੱਛਾ ਇੱਕ ਸੈਕਟਰੀ ਰੱਖਣੀ ਹੈ ਠੀਕ ਹੈ ਔਰ ਸ਼ਾਦੀਆਂ ਕਰਵਾਉਣੀਆਂ ਨੇ ਰਿਸ਼ਤਾ ਵੀ ਲੈਣੇ ਨੇ ਓਕੇ ਠੀਕ ਹੈ ਸ਼ਾਦੀਆਂ ਪੁੱਤਰ ਤੁਹਾਡੀਆਂ ਸਾਰੀ ਜ਼ਿੰਦਗੀ ਨਹੀਂ ਵੇ ਹੋਣੀਆਂ ਤੇ ਕੀ ਕਰੀਏ ਚਾਚਾ ਨਾ ਤੁਹਾਨੂੰ ਕਹ ਰਿਸ਼ਤੇ ਦੇਵਣੇ ਨਹੀਂ ਦਾ ਇੱਕੋ ਤਰੀਕਾ ਹੀ ਕਿਹੜਾ ਚਾਚਾ ਇੱਕ ਮੈਂ ਦੀਆਂ ਭੈਣਾ ਫਸਾਓ ਓ ਯਾਰ ਚਾਚਾ ਸਾਡੀਆਂ ਭੈਣਾਂ ਹੀ ਕੋਈ ਨਹੀਂ ਸੀ ਦੋਵੇਂ ਇਕੱਲੇ ਫਿਰ ਰਹੇ ਹਾਂ ਅੱਛਾ ਹਾਂ ਅੱਛਾ ਤੇ ਪੁੱਤਰ ਇਹ ਮੈਨੂੰ ਕਿੱਲੇ ਤੇ ਲੈ ਚੱਲੋ ਤੈਨੂੰ ਕਿੱਲੇ ਤੇ ਲੈ ਗਏ ਸੂ ਹਾਂ ਤੂੰ ਕਿੱਲੇ ਦੇ ਉੱਤੇ ਖੜੋ ਕੇ ਆਖੜੇ ਆ ਕੀ ਕੁੱਤਾ ਇਥੋਂ ਮਿਲਦੇ ਅੱਛਾ ਪਤਾ ਕੀ ਮੈਨੂੰ ਵੱਢਣ ਵਾਲੇ ਚਾਹੀਦੇ ਨੇ ਭੌਂਕਣ ਵਾਲੇ ਨਹੀਂ ਚਾਹੀਦੇ ਵਾਲੇਕੁਮ ਅਸਲਾਮ ਹਾਂਜੀ ਕੈਸੇ ਆਣਾ ਹੁਆ ਜੀ ਮੇਰੀ ਇੱਜ਼ਤ ਬਚਾ ਲੋ ਨਾ
ਸਾਡੀ ਇੱਜ਼ਤ ਬਚਾਓ ਹਾਂ ਮੇਰੀ ਇੱਜ਼ਤ ਕਰੋ ਪਲੀਜ਼ ਮੇਰੇ ਤੇ ਬਹੁਤ ਗੁੰਡੇ ਲੱਗੇ ਮੈਂ ਬਹੁਤ ਬਹੁਤ ਘਬਰਾਈ ਗਈ ਤੇਰੀ ਇੱਜ਼ਤ ਕਰੂੰ ਹਾਂ ਅਸਾਂ ਤਾਂ ਤੇਰੀ ਇੱਜ਼ਤ ਤੇ ਪਿੱਛੂ ਹੈ ਪਰ ਤੂੰ ਸਾਡੇ ਕੋਲ ਆਪਣੀ ਇੱਜ਼ਤ ਦੂਰ ਰੱਖੇ ਨਹੀਂ ਨਹੀਂ ਮੇਰੀ ਇੱਜ਼ਤ ਬਚਾਣੀ ਹੈ ਉਹ ਸਾਡੀ ਕਿ ਤੇਰੀ ਇੱਜ਼ਤ ਬਚਾਣੀ ਹਾਂ ਸਾਡੀ ਕਿਸੇ ਬਚਾਈ ਸੀ ਮੇਰੀ ਗੱਲ ਸੁਣ ਸਾਨੂੰ ਚਾਹੀਦੀ ਸੈਕਟਰੀ ਇੱਥੇ ਤੇਰੀ ਇੱਜ਼ਤ ਬਚਾਉਣੀ ਹੈ ਮੈਂ ਆਪ ਬੜੀ ਮੁਸ਼ਕਿਲ ਪਠਾਣਾਂ ਦੇ ਟਰੱਕਾਂ ਦੇ ਅੱਡੇ ਤੋਂ ਬਚ ਕੇ ਆਉਣਾ ਤੇਰੀ ਕਿੱਥੋਂ ਇੱਜ਼ਤ ਇਹ ਬਚਾ ਦਿਆਂਗੇ ਸਾਡੇ ਘਰ ਆ ਗਈ ਹੈ ਲੇਕਿਨ ਸਾਨੂੰ ਇੱਕ ਸੈਕਟਰੀ ਚਾਹੀਦੀ ਸੈਕਟਰੀ ਸੈਕਟਰੀ ਜੀ ਸੈਕਟਰੀ ਕੀ ਕਰਨੀ ਹੈ ਪੁੱਤਰ ਕੁੱਤੇ ਵਾਸਤੇ ਸੈਕਟਰੀ ਕੌਣ ਰੱਖੇਗਾ ਸਾਨੂੰ ਆਪਣੇ ਕੰਮ ਵਾਸਤੇ ਚਾਹੀਦੀ ਮੈਨੂੰ ਕੁੱਤੇ ਚਾਹੀਦੇ ਤੁਸੀਂ ਸੈਕਟਰੀ ਨੂੰ ਪਿੱਟੇ ਨੇ ਖੜੇ ਹੋ ਕੀ ਕੰਮ ਕਰਨਾ ਹੈ ਜੀ ਹਮ ਆਪਕੋ ਬਤਾਏਂਗੇ ਹਾਂ ਆ ਕੰਮ ਜੀ ਹਮਾਰੇ ਇਸੇ ਸਵਾਲ ਪੁੱਛੋ ਇਧਰ ਆਓ ਜੀ ਕੰਮ ਸ਼ਾਮ ਕਰ ਲੈਤੀ ਹੋ ਚੂਹੇ ਨੂੰ ਲੈ ਵੰਜੋ ਮੇਰੇ ਕੋਲ ਕਿਹੜਾ ਮਰਵਾ ਹੋਣਾ ਚੂਹੇ ਦਾ ਮੈਂ ਵਸਤੀ ਤੋਂ ਆਇਆ ਮੈਂ ਕੋ ਨੋਵੇ ਜਿਹੜਾ ਨੇ ਮੇਰੇ ਹੱਥੋਂ ਕੋਈ ਹੋ ਵਜੇ ਚਾਚਾ ਜਿੰਨੀ ਤੇਰੀ ਉਮਰ ਹੋ ਗਈ ਮੱਛਰ ਤੇਰੇ ਕੋ ਮਰਦਾ ਨਹੀਂ ਹੋਣਾ ਮੈਂ ਅੱਜ ਤੱਕ ਇਸ ਵਾਸਤੇ ਸ਼ਾਦੀ ਨਹੀਂ ਕੀਤੀ ਮੇਰੀ ਜ਼ਿੰਦਗੀ ਚ ਔਰਤ ਨਹੀਂ ਆਈ ਵੈਰੀ ਗੁੱਡ ਅਲਬਤਾ ਮੈਂ ਛੋਰਾਂ ਦੀ ਕਸਮ ਨਹੀਂ ਦਿੰਦਾ ਇਹੀ ਕੰਮ ਕਰਨਾ ਜਿਹੜਾ ਇਹ ਕਹਿ ਰਿਹਾ ਸਵੇਰੇ ਤੂੰ ਆਪ ਨਿਸ਼ਤਰ ਪਹੁੰਚੀ ਪਈ ਬੈਠੇ ਹਮਾਰੇ ਬੁਜ਼ੁਰਗ ਹੈ ਯੇ ਆਪਸੇ ਸਵਾਲ ਕਰੇਂਗੇ ਕੁਛ ਬਜ਼ੁਰਗ ਨਹੀਂ ਵੇਖੀ ਤੇ ਤਮੀਜ਼ ਕੋਈ ਨਹੀਂ ਬੁਥਾੜ ਬਣ ਕਦੇ ਸਹੀ ਬੈਠ ਨੂੰ ਤਮੀਜ਼ ਸਿਖਾਓ ਐਸੀ ਕੋਈ ਬਾਤ ਨਹੀਂ ਹੈ ਹਮ ਇੱਜ਼ਤਦਾਰ ਲੋਕ ਹੈ ਜ਼ਿੰਮੇਦਾਰ ਲੋਕ ਹੈ ਦਿਹਾਤ ਚ ਆਇਆ ਹੈ ਇਹ ਆਪਣੇ ਇਹ ਪੁੱਤਰ ਦਿਹਾਤ ਦੇ ਵਿੱਚ ਤਾਂ ਬਿਜਲੀ ਹੁੰਦੀ ਕੋਈ ਨਹੀਂ ਇਹ ਤੇਲ ਪਵਾਉਣਾ ਤੇ ਚਿਮਨੀ ਪਵਾਉਣੀ ਆਈ ਉਹ ਕੁੱਤਿਆਂ ਵਾਸਤੇ ਹੁੰਦਾ ਕੰਮ ਰੱਖੇ ਤੇ ਤੂੰ ਰੱਖ ਲੈ ਜਿਤਨੀ ਤੇਰੀ ਗੁਜ਼ਰ ਗਈ ਹੈ ਅੱਛਾ ਤੇ ਜਿਤਨੀ ਬਾਕੀ ਹੈ ਟੋਟਲ ਤੋ ਹਾਲਤ ਹੈ ਓਏ ਬੜੀ ਬੱਜੀ ਹੈ ਤੇ ਸੁਥੜ ਤੇਰੀ ਉਧੜੀ ਹੋਈ ਹੈ ਇਹ ਪਤਾ ਕਿਉਂ ਉਧੜੀ ਹੋਈ ਹੈ ਉਹਨੇ ਵਾਸਤੇ ਸਹੂਲਤ ਰੱਖੀ ਹੈ ਓਏ ਲਾਣ ਵੀ ਦੇ ਓਏ ਕਿਉਂ ਤੇਰੀ ਲਾਣ ਤੈਨੀ ਖੁੱਲੀ ਹੈ ਸੁਣਾ ਬੱਚਾ ਕੀ ਹਾਲ ਹੈ ਬੱਚਾ ਵੀ ਕਹਿ ਰਿਹਾ ਆਪ ਨੇ ਲਗਾ ਲਿਆ ਕਿਉਂ ਉਹ ਮੈਂ ਪੁੱਛਦਾ ਪਿਆ ਮੈਂ ਬੱਚਾ ਹੀ ਤੈਨੂੰ ਆਖਿਆ ਨਾ ਇਤਨੇ ਠਰਕੀ ਕਹਾਂ ਸੇ ਆ ਗਈ ਇਹ ਠਰਕੀ ਨਹੀਂ ਹੈ ਆਪਕੀ ਕਬਰ ਮੇ ਟਾਂਗੇ ਹੋ ਆਪਕੇ ਕਾਮ ਕੀ ਹੈ ਉਹ ਟਾਂਗੇ ਕਬਰ ਮੇ ਹੈ ਨਾ ਲੋੜ ਦਾ ਸਮਾਨ ਤਾਂ ਬਹਿਰ ਹੈ ਉਹ ਜਿਹੜਾ ਲੋੜ ਦਾ ਸਮਾਨ ਹੈ ਨਾ ਉਹ ਕੁ ਮੈਂ ਠੁੱਡੇ ਮਾਰ ਕੇ ਅੰਦਰ ਕਰਦੇ ਸਨ ਕੁੱਤੀ ਦੇ ਬੱਚੇ ਲੈ ਦੋ ਮੁਝੇ ਉਹ ਲੈ ਦੇਣਗੇ ਤੁਝੇ ਭਾਈ ਲੈ ਦੇਣਗੇ ਕੁੱਤੇ ਕੁੱਤੇ ਚਾਹੀਏ ਕਭੀ ਕੁੱਤਾ ਦੇਖਾ ਨਹੀਂ ਇਹ ਦੇਖ ਲੋ ਆਏ ਤਾਂ ਕਿਸਮਤ ਵਾਲੀ ਦੋ ਦੋ ਦੇਖ ਰਹੀ ਹੋ ਔਰ ਲਿਟਰੇਸ਼ਨ ਕਰਾਂ ਔਰ ਲਿਟਰੇਸ਼ਨ ਕਰਾਂ ਔਰ ਮੈਨੂੰ ਹਯਾ ਆਂਦਾ ਵੀ ਤੁਸੀਂ ਮੇਰੀ ਮਸ਼ੂਕ ਦੇ ਪੁੱਤਰ ਹੋ ਮਰਦੇ ਲਈ ਸਾ ਮਾਂ ਮਰਵਾ ਗਈ ਸਾਨੂੰ ਯਾਰ ਦੇਖ ਤਾਂ ਸਹੀ ਕਿਤਨੀ ਸੋਹਣੀ ਛੁਏਰੇ ਇਹ ਛੁਏਰ ਹੋਵੇ ਮੈਂ ਹੋਵਾਂ ਤੇ ਮੁਜ਼ੱਫਰਗੜ੍ਹ ਦੇ ਟਿੱਬੇ ਹੋਵੇ ਤੇ ਠਾ ਫਾ ਲੱਗੀ ਪਈ ਉਤਰੇ ਗਾਂ ਸੋਣ ਮੁਜ਼ੱਫਰਗੜ੍ਹ ਦਾ ਟਿੱਬਾ ਕਿਤਨਾ ਖੁਸ਼ ਤੇ ਹਮੇਸ਼ਾ ਅਸੂਲ ਕਰੋ ਬਜ਼ੁਰਗਾਂ ਦੀ ਗੱਲ ਅੱਜ ਪੱਲੇ ਬੰਨ ਲਓ ਹੁਕਮ ਕਰੋ ਬਾਬਾ ਜੀ ਵੇਖੋ ਔਰਤ ਭਾਵੇਂ ਡਰਾਮੇ ਵਾਲੀ ਹੋਵੇ ਅੱਛਾ ਭਾਵੇਂ ਘਰ ਵਾਲੀ ਹੋਵੇ ਅੱਛਾ ਇੱਜ਼ਤ ਸਭ ਦੀ ਬਰਾਬਰ ਹੁੰਦੀ ਮੇਰੇ ਬੱਚੇ ਹਾਂ ਸਾਰੀ ਜ਼ਿੰਦਗੀ ਅਸਾਂ ਵਡੇਰੇ ਕੋਲ ਇਹੋ ਸਿੱਖਿਆ ਹੈ ਇਹ ਦੇਖੋ ਨਾ ਆਖਿਰ ਇਹ ਧੀ ਧੀਆਂ ਹੈ ਕਹਿ ਦੀ ਭੈਣ ਹੈ ਕਹਿ ਦੀ ਭਤਰੀਜੀ ਹੈ ਤੇ ਕਹਿ ਦੀ ਮਸ਼ੂਕ ਹੈ ਔਰਤ ਦੇ ਪਿੱਛੋਂ ਗੁਜ਼ਰਨਾ
बेअदबी सही बात कोशिश करो तल्ले बैठ के घीसी मार के निकलो क्या समझे सही बात है इधर इधर तो आप बुजुर्गों से प्यार नहीं है इज्जत बचाने आई हूं आप मेरी इज्जत को कुछ भी नहीं होता ये देखो ये चूहर छिड़के हैं इनको औरत के बारे में पता ही नहीं तुम्हारा भी नुकसान करेंगे अपना भी ਇਹਦੇ ਸਾਨੂੰ ਤਾਂ ਪਤਾ ਹੈ ਨਾ ਅਸਾਂ ਤਾਂ ਤੈਨੂੰ ਆਪ ਦੇ ਸਿਰ ਨੂੰ ਇੰਜ ਨਾ ਇੰਜ 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 ਅਸਾਂ ਤਾਂ ਆਪ ਦੇ ਨੂੰ ਆਪ ਦੂਗੇ ਐਸੀ ਕੋਈ ਬਾਤ ਨਹੀਂ ਹੈ ਨਾ ਸਭ ਲੂਸੀ ਹੈ ਨਾ ਸਭ ਠਰਕੀ ਹੈ ਠਰਕੀ ਹੋ ਆਪ ਕੇ ਤੈਨੂੰ ਰੱਖੇ ਸਰਕਾਰ ਹੁੰਦਾ ਹੈ ਹਾਂ ਨਾ ਆਪ ਬਾਹਰ ਟੱਚ ਕਰ ਰਹੇ ਹੋ ਓਹ ਸਰਦੀ ਹੈ ਨਾ ਕਿੰਨਾ ਡਰਾਮੇ ਤੋਂ ਆ ਗਿਆ ਬਹੁਤ ਸਾਰੇ ਹੋ ਗਏ ਹੁਣ ਤਾਂ ਸਰਕਾਰ ਮਿਟਣਾ ਚਾਹੀਦਾ ਆਈ ਚੱਲ ਅੰਦਰ ਚੱਲ ਕਿਤੇ ਗਈ ਔਰ ਚਾਚਾ ਤੈਨੂੰ ਸਰਕਾਰ ਹੋ ਰਿਹਾ ਤੈਨੂੰ ਸਾਬਣ ਲੈ ਦਿੰਦਾ ਆ ਜਾ ਅੱਛਾ ਪੁੱਤਰ ਮੈਨੂੰ ਚਾਲ ਕੇ ਨਾ ਕੁੱਤੇ ਦੇ ਬੱਚੇ ਲੈ ਦਿਓ ਅੱਲਾ ਦਾ ਸੁ ਕੁੱਤੇ ਕਿਆ ਕੁੱਤੇ ਨੇ ਮਗਰ ਪੈ ਗਏ ਕੁੱਤੋ ਕੁੱਤੀ ਕਰ ਦਿੱਤੀ ਕਿਉਂ ਕਿ ਦੇ ਅੱਬਾ ਇੱਧਰ ਨਹਾ ਰਹੇ ਆ ਹੈਦਾਂ ਕਿੜਛੇ ਦਾ ਸਾਹ ਮੇਰੀ ਗੱਲ ਸੁਣੋ ਕਿ ਕਿਆ ਹਾਂ ਉਹ ਚੱਲੋ ਕੋਟੜੀ ਯਾਰ ਚਾਲ ਕੇ ਕੁੱਤੇ ਲੈ ਆਉ ਚਾਚਾ ਬਾਬੇ ਮੈਂ ਵਸਤੀ ਵਾਪਸ ਵੜਨ ਲਿਆ ਤੂੰ ਸਾਰਾ ਦਿਨ ਫੁੱਟਬਾਲ ਹੀ ਖੇਡਦਾ ਰਹਿੰਦਾ ਆ ਕੁੱਤਾ ਤੈਨੂੰ ਲੈ ਦੇਾਂਗੇ ਅੱਛਾ ਸਾਨੂੰ ਇੱਕ ਮੁਲਾਜ਼ਮ ਦੀ ਸਖਤ ਜ਼ਰੂਰਤ ਹੈ ਅੱਛਾ ਅਸੀਂ ਮੁਲਾਜ਼ਮ ਰੱਖ ਲਈਏ